ਸਤਿ ਸ਼੍ਰੀ ਅਕਾਲ। ਤਾਂ ਆਓ ਫਿਰ ਆਪਾਂ ਵਰਗ ਕਰਨੇ ਸਿੱਖੇ ਸੀਗੇ। ਨੰਬਰ ਐਸੇ ਲਏ ਸੀ ਜਿਨ੍ਹਾਂ 'ਚ ਦੋ ਡਿਜਿਟ ਸੀਗੇ, ਕਿਉਂਕਿ ਇੱਕ ਡਿਜਿਟ ਵਾਲਿਆਂ ਨੂੰ ਤਾਂ ਅਸੀਂ ਸਹਿਜੇ ਯਾਦ ਕਰ ਲੈਂਦੇ ਹਾਂ, ਦੋ ਡਿਜਿਟ ਵਾਲੇ ਜਿਵੇਂ 42 ਦਾ ਵਰਗ, 86 ਦਾ ਵਰਗ, ਇੱਦਾਂ ਦੇ ਆਪਾਂ ਪਿਛਲੀ ਵਾਰੀ ਸਿੱਖੇ ਸੀਗੇ। ਪਿਛਲੀ ਵੀਡੀਓਸ ਤੁਸੀਂ ਦੇਖ ਸਕਦੇ ਹੋ। ਤਾਂ ਹੁਣ ਆਪਾਂ ਸਿੱਖਦੇ ਹਾਂ ਜੇ ਸਾਨੂੰ ਆ ਜਾਵੇ 112 ਦਾ ਵਰਗ, 223 ਦਾ ਵਰਗ, ਤਾਂ ਇਹ ਕਿਸ ਤਰ੍ਹਾਂ ਕਰਾਂਗੇ ਅਸੀਂ। ਤਾਂ ਅੱਜ ਆਪਾਂ ਸਿੱਖਦੇ ਹਾਂ ਇਹਨਾਂ ਚੀਜ਼ਾਂ ਨੂੰ। ਮੈਂ ਇਸ ਲਈ ਦੁਬਾਰਾ ਰਿਪੀਟ ਨਹੀਂ ਕਰ ਰਿਹਾ ਟੂ ਡਿਜਿਟ ਵਾਲਾ, ਕਿਉਂਕਿ ਆਪਾਂ ਪਿਛਲੀ ਵੀਡੀਓਸ ਦੇ ਚੁੱਕੇ। ਹੁਣ ਇਸ ਦੇ ਵਿੱਚ ਵੀ ਆਪਾਂ ਨੇ ਪਹਿਲੇ ਦੋ ਡਿਜਿਟਸ ਨੂੰ ਇੱਕ ਬਣਾ ਲੈਣਾ, ਦੂਸਰੇ ਨੂੰ ਇੱਕ ਬਣਾ। ਹੁਣ ਇੱਥੇ 11 ਅਤੇ 2 ਨੂੰ ਕੰਸੀਡਰ ਕਰ ਲੈਣਾ ਅਸੀਂ। 11 ਨੂੰ 11 ਨਾਲ ਕੀਤਾ ਕਿੰਨਾ ਆ ਜਾਏਗਾ, 121। 2 ਨੂੰ 2 ਨਾਲ ਕਰਾਂਗੇ 4, ਤੁਹਾਨੂੰ ਦੱਸਿਆ ਸੀਗਾ ਸਿੰਗਲ ਡਿਜਿਟ ਵਾਲੇ ਦੇ ਅੱਗੇ 0 ਲਗਾ ਲੈਣੀ ਹੈ। ਔਰ ਜੇ ਇੱਥੇ ਵਰਗ ਹੋਵੇ ਤਾਂ 2 ਡਿਜਿਟ ਪੂਰੇ ਰੱਖਣੇ ਅਸੀਂ। ਹੁਣ 11 ਦੂਣਾ 22, 22 ਦੂਣਾ 44, ਤੁਹਾਨੂੰ ਇਹ ਵੀ ਦੱਸਿਆ ਸੀਗਾ ਵੀ ਇੱਕ ਡਿਜਿਟ ਛੱਡ ਕੇ, ਬਾਕੀ ਸਾਰਾ ਤਰੀਕਾ ਉਹੀ ਹੈ। 4, 4, 5, 2 ਅਤੇ 1, ਲੋਕ ਕਰੋ ਚੈੱਕ, ਜਵਾਬ ਆ ਗਿਆ। ਹੁਣ ਆਹ ਦੇਖੀਏ ਅਸੀਂ 22, ਤਾਂ 22 ਅਤੇ 3 ਬਣਾ ਲਓ ਤੁਸੀਂ 22 ਦਾ ਵਰਗ। ਇਹ ਕੁਛ ਵਰਗ ਇਹੋ ਜਿਹੇ ਹੁੰਦੇ ਆ ਜਿਹੜੇ ਸਾਨੂੰ ਯਾਦ ਹੋ ਜਾਂਦੇ, ਨਾ ਵੀ ਯਾਦ ਹੋਵੇ ਤਾਂ ਫਿਰ ਇਹ ਵਾਲਾ ਫਾਰਮੂਲਾ ਲਗਾ ਕੇ ਅਸੀਂ ਫਟਾਫਟ ਕਰ ਲਾਂਗੇ। ਆਹ ਦੇਖੋ 22 ਦਾ ਵਰਗ, 2 ਦੂਣੀ 4, 4 ਨੂੰ 0, 4 2 ਦੂਣੀ 4, 4 ਨੂੰ 0, 4 2 ਦੂਣੀ 4 ਦੂਣੀ 8, ਇੱਕ ਡਿਜਿਟ ਛੱਡ ਕੇ। ਤਾਂ ਆਹ ਦੇਖੋ, ਮਤਲਬ ਘਬਰਾਉਣਾ ਨਹੀਂ ਹੈ, ਫਿਰ ਉੱਥੇ ਇਸ ਤਰ੍ਹਾਂ ਕਰ ਲਾਂਗੇ। 484, 3 3 9, 9 ਇਹਦੇ 0 ਨੂੰ ਲਾਵਾਂਗੇ ਅਸੀਂ। ਹੁਣ 22 3 66, 66 ਦੂਣਾ 132, ਤਾਂ ਇੱਕ ਡਿਜਿਟ ਛੱਡ ਕੇ ਅਸੀਂ ਇੱਥੇ ਲਿਖ ਦਾਂਗੇ ਅਤੇ ਇਹ ਸਾਡਾ ਬਣ ਜਾਏਗਾ 9 2 7 9 ਅਤੇ 4। ਲਓ ਹੁਣ ਤੁਸੀਂ ਕਰੋ ਟਰਾਈ।